ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕ੍ਰਿਕਟ ਦਾ ਮਹਾਕੁੰਭ ਕਹੇ ਜਾਣ ਵਾਲੀ ਕਿ IPL ਜਿਹੜੀ ਕਿ ਇੰਡੀਆ ਦੀ ਇੰਡੀਅਨ ਫਰੈਂਚਾਈਜ਼ੀ ਹੈ ਉਹਦੇ ਕਿਤੇ ਨਾ ਕਿਤੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜਿਸ ਢੰਗ ਨਾਲ ਲੜ ਰਹੀ ਹੈ ਉੱਥੇ ਹੁਣ ਜਿਹੜੇ ਕਿ 29 ਮਾਰਚ ਨੂੰ IPL ਸ਼ੁਰੂ ਹੋਣੀ ਸੀ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਖਤਰੇ ਦੇ ਬੱਦਲ ਹੁਣ ਮੰਡਰਾਉਣ ਲੱਗੇ ਨੇ ਹੋ ਸਕਦਾ ਕਿ BCCI ਵੱਲੋਂ ਇਸ ਵਾਰ IPL ਸਾਡੇ ਦੇਸ਼ ਦੇ ਬਾਹਰ ਕਿਤੇ ਹੋਰ ਸਟੇਟ ਕੰਟਰੀ ਵਿੱਚ ਕਰਾਈ ਜਾਵੇ ਜਿਵੇਂ ਕਿ ਜਿਹੜੇ ਨਾਮ ਸਾਹਮਣੇ ਆ ਰਹੇ ਨੇ ਇੱਕ ਹੈਗੀ ਸ਼੍ਰੀਲੰਕਾ ਦੂਜਾ ਜਿੰਬਾਬਵੇ ਤੇ ਤੀਜਾ ਹੈਗਾ ਵੈਸਟ ਇੰਡੀਜ਼ ਇਸ ਤੋਂ ਪਹਿਲਾਂ ਵੀ 2009 ਦੇ ਵਿੱਚ ਜਦੋਂ ਲੋਕ ਸਭਾ ਦੇ ਚੋਣ ਹੋਇਆ ਸੀਗਾ ਉੱਥੋਂ IPL ਦਾ ਦੂਜਾ ਸੈਸ਼ਨ ਸਾਊਥ ਅਫਰੀਕਾ ਦੇ ਵਿੱਚ ਖੇਡਿਆ ਗਿਆ ਸੀ ਉਸ ਤੋਂ ਬਾਅਦ 2014 ਦੇ ਵਿੱਚ IPL ਦਾ ਜਿਹੜਾ ਸੈਸ਼ਨ ਸੀਗਾ ਅੱਧਾ ਉਹ ਆਬੂ ਧਾਬੀ ਜਿਹੜਾ ਕਿ ਸਾਊਦੀ ਅਰੇਬੀਆ ਦੇ ਵਿੱਚ ਖੇਡਿਆ ਗਿਆ ਸੀ ਉੱਥੇ ਹੁਣ 2020 ਦਾ ਵੀ ਸੈਸ਼ਨ ਹੋ ਸਕਦਾ ਵੀ ਜਾਂ ਦਾ ਲਗਭਗ ਕਾਫੀ ਲੋਕਾਂ ਦੇ ਹੋਰ ਜਿਹੜੇ ਹੋਰ ਕੰਟਰੀਆਂ ਦੇ ਅੱਡ ਅੱਡ ਪਲੇਅਰ ਨੇ ਤੇ ਹੋਰ ਜਿਹੜੇ ਬੋਰਡ ਦੇ ਜਿਹੜੇ ਪਲੇਅਰ ਨੇ ਆਪਣੇ ਪਲੇਅਰਾਂ ਨੂੰ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਰਿਸਕ ਨਹੀਂ ਲੈ ਸਕਦੇ ਤੇ ਉਹ ਕਾਫੀ ਹੱਦ ਤੱਕ IPL ਤੋਂ ਆਪਣੇ ਪਲੇਅਰਾਂ ਦਾ ਨਾਮ ਵਾਪਸ ਲੈਣ ਦੇ ਦਬਾਅ ਬਣਾ ਚੁੱਕੇ ਨੇ ਉੱਥੇ ਹੁਣ BCCI ਵੀ ਇਹ ਸੋਚ ਰਿਹਾ ਵੀ ਜਾਂ ਤਾਂ ਇਸ ਪ੍ਰੋਗਰਾਮ ਨੂੰ ਸ਼ਿਫਟ ਕੀਤਾ ਜਾਵੇ ਜਾਂ ਵੀ ਇਹਨੂੰ ਡਿਲੇਅ ਕੀਤਾ ਜਾਵੇ ਜਾਂ ਪੋਸਟਪੋਨ ਜਿਵੇਂ ਕਿ ਜੂਨ ਜੁਲਾਈ ਉਸ ਨੂੰ ਕਾਫੀ ਗਰਮੀ ਹੁੰਦੀ ਤੇ ਉਸ ਟਾਈਮ ਮੌਸਮ ਵੀ ਲਗਭਗ ਠੀਕ ਹੁੰਦਾ ਉਸ ਟਾਈਮ ਕਰਾਇਆ ਜਾਵੇ ਜਿਵੇਂ ਤੁਹਾਨੂੰ ਪਤਾ ਦੋਸਤੋ ਜੇ ਤੁਸੀਂ WWE ਦੇਖ ਰਹੇ ਹੋ ਉਹਨਾਂ ਦਾ ਇੱਕ 4 April ਨੂੰ ਪ੍ਰੋਗਰਾਮ ਹੈ ਰੈਸਲਮੀਨੀਆ ਜੋ ਕਿ ਟੈਂਪਾ ਦੇ ਵਿੱਚ ਉਹਦੇ ਉੱਤੇ ਵੀ ਕਾਫੀ ਖਤਰੇ ਦੇ ਪੱਧਰ ਮੰਡਰਾ ਰਹੇ ਨੇ ਉਹ ਵੀ ਪੋਸਟਪੋਨ ਹੋ ਸਕਦਾ ਉਵੇਂ ਹੀ ਇੰਡੀਆ ਦੇ ਜਿਹੜੇ ਅਤੇ ਸਾਊਥ ਅਫਰੀਕਾ ਜਿਹੜੀ ਸੀਰੀਜ਼ ਚੱਲ ਰਹੀ ਆ ਉਹ ਵੀ ਹੁਣ ਖਾਲੀ ਸਟੇਡੀਅਮ ਦੇ ਵਿੱਚ ਹੋਏਗੀ ਉੱਥੇ ਵੀ ਸਿਰਫ ਪਲੇਅਰ ਹੀ ਖੇਡਣ ਜਾਣਗੇ ਉੱਥੇ ਹੀ ਫੁੱਟਬਾਲ ਦੇ ਮੈਚ ਵੀ ਖਾਲੀ ਸਟੇਡੀਅਮ ਦੇ ਵਿੱਚ ਹੋ ਰਹੇ ਨੇ ਅਤੇ ਸਰਕਾਰਾਂ ਵੱਲੋਂ ਪੂਰੀ ਕੋਰੋਨਾ ਵਾਇਰਸ ਨੂੰ ਦੇਖਦੇ ਪੂਰੀ ਦੇ ਪੂਰੀ ਤਰ੍ਹਾਂ ਪੂਰਾ ਦੇਖ ਰੇਖ ਕੀਤੀ ਜਾ ਰਹੀ ਅਤੇ ਘੱਟੋ ਘੱਟ ਪਬਲਿਕ ਗੈਦਰਿੰਗ ਕਿਤੇ ਵੀ ਜ਼ਿਆਦਾ ਨਹੀਂ ਹੋਣ ਦਿੱਤੀ ਜਾ ਰਹੀ ਅਤੇ ਹੋ ਸਕਦਾ ਹੈ IPL ਵੀ ਇਸ ਸਾਲ IPL ਮੈਨੂੰ ਲੱਗਦਾ ਵੀ ਸ਼ਾਇਦ ਕੈਂਸਲ ਹੋ ਜਾਵੇ ਬਾਕੀ ਅੱਗੇ ਪਤਾ ਨਹੀਂ ਵੀ ਪਿੱਛੇ ਕੀ ਸੋਚਦੇ ਆ ਜਾਂ ਇਹਨੂੰ ਕਿਸੇ ਹੋਰ ਸਟੇਟ ਦੇ ਵਿੱਚ ਲੈ ਕੇ ਜਾਣਗੇ ਪਰ ਜੇ ਦੋਸਤੋ ਗੱਲ ਕਰੀਏ ਤਾਂ ਕਿਸੇ ਹੋਰ ਸਟੇਟ ਦੇ ਵਿੱਚ ਲਿਜਾਣ ਦੀ ਤਾਂ ਘੱਟੋ ਘੱਟ ਉੱਥੇ ਵੀ ਲੋਕ ਮੈਚ ਦੇਖਣ ਜਾਣਗੇ ਉੱਥੇ ਏਅਰਲਾਈਨਾਂ ਦਾ ਕਹਿਣਾ ਕਿ ਲੋਕ ਟਿਕਟਾਂ ਬਿਲਕੁਲ ਨਹੀਂ ਬੁੱਕ ਕਰਾ ਰਹੇ ਅਤੇ ਏਅਰਲਾਈਨਾਂ ਬਿਲਕੁਲ ਖਾਲੀ ਖੜੀਆਂ ਨੇ ਅਤੇ ਜਿਹਦੇ ਕਰਕੇ ਇੱਕ ਬਹੁਤ ਵੱਡਾ ਬਿਜ਼ਨਸ ਦੇ ਵਿੱਚ ਲੋਸ ਆਇਆ ਉੱਥੇ IPL ਜਿਹੜੇ ਕਿ ਲੋਕ ਇੱਕ ਪੂਰੇ ਸਾਲ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਤਾਂ ਇਸ ਵਾਰ ਲੋਕਾਂ ਨੂੰ ਮਾਇੂਸ ਹੋਣਾ ਪੈ ਸਕਦਾ ਪਰ ਮੇਰੇ ਹਿਸਾਬ ਨਾਲ ਇਹ 'ਚ ਕੋਈ ਮਾਇੂਸ ਹੋਣ ਵਾਲੀ ਗੱਲ ਨਹੀਂ ਕਿਉਂਕਿ ਜਾਣ ਤੋਂ ਵੱਧ ਕਿਉਂਕਿ ਕੋਈ ਵੀ ਚੀਜ਼ ਨਹੀਂ ਕਿਉਂਕਿ IPL ਦਾ ਸੀਜ਼ਨ ਤਾਂ 2021 ਦੇ ਵਿੱਚ ਵੀ ਆ ਸਕਦਾ ਬਾਕੀ ਜੇ ਕੋਈ ਹੋਰ ਖਬਰ ਹੋਈ ਤੁਹਾਨੂੰ ਮੈਂ ਜ਼ਰੂਰ ਸ਼ੇਅਰ ਕਰਾਂਗਾ।